ਜਖੜ ਸਾਹਿਬ ਪਰ ਤੁਹਾਨੂੰ ਲੱਗਦਾ ਹੈ ਕਿ ਵਿਰੋਧੀਆਂ ਨੂੰ ਜ਼ਰੂਰ ਇੱਕ ਮੌਕਾ ਮਿਲ ਗਿਆ ਜਦੋਂ ਤੁਹਾਡੀ ਵੀਡੀਓ ਜਿਹੜੀ ਲੀਕ ਹੋਈ ਕਿ ਸੁਨੀਲ ਜਖੜ ਜੀ ਨੂੰ ਜੇ 42 ਵੋਟ ਮਿਲੇ ਸੀ ਤੇ ਕਿਉਂ ਸਿਰਫ Hindu ਸੀ ਇਹੀ ਕਾਰਨ ਹੈ ਕਿ ਉਹਨਾਂ ਨੂੰ CM ਨਹੀਂ ਬਣਾਇਆ ਦੇਖੋ ਦੋ ਗੱਲਾਂ ਮੈਂ ਕਹੂੰਗਾ ਨਿਤਿਕਾ ਜੀ डोंट ਮਾਈਂਡ ਮਾਈ ਸੇਇੰਗਸ ਪਹਿਲੀ ਗੱਲ ਮੈਂ ਸਮਝ ਨਹੀਂ ਵੀ ਪੰਜਾਬ ਦੇ ਲੋਕ ਇਸ ਗੱਲਾਂ 'ਚ ਇੰਟਰਸਟਿਡ ਨਹੀਂ ਵੀ ਸੁਨੀਲ ਕੀ ਕਹਿੰਦਾ ਹੈ ਵੀ ਵੀਡੀਓ ਕੀ ਕਹਿੰਦੀ ਸੀ ਵੀ ਕੀ ਹੈ ਪੰਜਾਬ ਦੇ ਲੋਕ ਤਾਂ ਆਪਣੀ ਸਮਝ ਜਾਂਦੇ ਆ ਵੀ ਸਾਡੀ ਸਮੱਸਿਆ ਦਾ ਹੱਲ ਕਿਵੇਂ ਕਰੋਗੇ ਯਰ ਨਾਟ ਇੰਟਰਸਟਿਡ ਵੀ ਸੁਨੀਲ ਕੀ ਕਹਿੰਦਾ ਨਹੀਂ ਕਹਿੰਦਾ ਯਰ ਆਪੋਜੀਸ਼ਨ ਕਹਿੰਦੀ ਹੈ ਦੂਜੀ ਗੱਲ ਵੀਡੀਓ ਵਾਲੇ ਤੋਂ ਗੱਲ ਨਹੀਂ ਤੁਸੀਂ ਆਪਣਾ ਚੈਨਲ ਦੇ ਸਾਰੇ ਰਿਕਾਰਡ ਕੱਢ ਕੇ ਦੇਖ ਲਓ ਜਦੋਂ 18 ਤਰੀਕ ਨੂੰ ਵੋਟਾਂ ਪਈਆਂ ਤੁਹਾਡਾ ਚੈਨਲ ਹੀ ਕਹਿ ਰਿਹਾ ਸੀ ਕਿ ਬਸਨੀਲ ਨੂੰ 40 ਕਈ ਕਿਹਾ ਕਿ ਨਹੀਂ ਕਿਹਾ ਸੀ ਬਿਲਕੁਲ ਬਿਲਕੁਲ ਮੇਰੇ ਸੋਰਸਸ ਦੀ ਜਾਣਕਾਰੀ ਤੁਸੀਂ ਕਿਹਾ ਵੀ 40 ਵੋਟਾਂ ਪਈਆਂ ਮੈਂ ਕੀ ਨਵੀਂ ਗੱਲ ਆਖੀ ਆ 4 ਮਹੀਨੇ ਬਾਅਦ ਮੈਂ ਤਾਂ ਇਹਨੇ ਕਿਹਾ ਵੀ 40 ਹੈ ਨਹੀਂ ਸੀ ਕਿਆਂ ਵੋਟਾਂ 42 ਸੀਗੀਆਂ ਇੰਨਾ ਹੀ ਫਰਕ ਹੈ ਜੇ ਅੰਬਿਕਾ ਸੋਨੀ ਵਾਲੇ ਬਿਆਨ ਦੀ ਗੱਲ ਕਰ ਲਓ ਮੈਂ ਐਸੇ ਇੱਥੇ ਇਸ ਲਾਂਚ 'ਚ ਖੜ ਕੇ ਸ਼ਾਇਦ ਤੁਸੀਂ ਵੀ ਕਰਕੇ ਗਏ ਸੀ ਕਿ ਉਦੋਂ ਵੀ ਮੈਂ ਕਿਹਾ ਸੀ ਵੀ ਆਜੋ ਅੰਬਿਕਾ ਸੋਨੀ ਨੇ ਕਿਹਾ ਕਾਂਗਰਸ ਦੀ ਸੋਚ ਨਹੀਂ ਨਾ ਪੰਜਾਬ ਦੀ ਸੋਚ ਹੈ ਸੋ ਇਸ 'ਚ ਕੋਈ ਨਵੀਂ ਗੱਲ ਨਹੀਂ ਆ ਉਹੀ ਗੱਲਾਂ ਸੀਗੀਆਂ ਪਰ ਉਹਨੂੰ ਕਿਸੇ ਨੇ ਰਾਜਨੀਤਿਕ ਰੰਗ 'ਚ ਇਹਨੂੰ ਕਰਕੇ ਐਕਸਪਲੋਰਟ ਕਰਨ ਦੀ ਕੋਸ਼ਿਸ਼ ਕੀਤੀ ਹੈ ਦੈਟਸ ਵਾਈ ਸੇ ਸ਼ੋਸ਼ਲ ਮੀਡੀਆ ਇਨਫਲੂਐਂਸਸ ਫਾਰ ਬਿਹਾਉਂਡ ਇਟਸ ਸ਼ੈਡੋ ਬਹੁਤ ਲੰਮਾ ਪਰਛਾਵਾਂ ਇਹਦਾ ਪੈਂਦਾ ਹੈ ਦੇ ਉਹਦੇ ਕਰਕੇ ਸਾਨੂੰ ਆਪਣੀ ਅੰਦਰ ਝਾਕਣਾ ਚਾਹੀਦਾ ਨਾਟ ਗੋ ਬਾਈ ਦਾ ਸੋਸ਼ਲ ਮੀਡੀਆ ਕੀ ਕਹਿ ਰਿਹਾ ਜੀ ਕਿਸੇ ਨੇ ਲਾਤਾ ਬ੍ਰੇਕਿੰਗ ਵੇ ਵੇਅਰ ਵਾਸ ਦਾ ਬ੍ਰੇਕਿੰਗ ਪਾਰਟ ਆਫ ਇਟ ਮਨ ਨੂੰ ਸਮਝ ਆਈ ਵੀ ਤੇ ਵਟ ਪਾਰਟ ਇਜ਼ ਬ੍ਰੇਕਿੰਗ ਅਬਾਊਟ ਇਟ ਥੇਰ ਇਜ਼ ਨੋ ਬ੍ਰੇਕਿੰਗ ਸਟੋਰੀ ਇਨ ਇਟ ਇਟ ਵਾਸ ਅ ਰੀਹੈਸ਼ ਆਫ ਅ 올ਡ ਸਟੋਰੀ ਉਹ ਕਹਿੰਦਾ ਪੁਰਾਣੀ ਜੀ ਚੀਜ਼ ਐ ਨਈ ਬੋਤਲ ਚ ਪਾ ਕੇ ਤੁਸੀਂ ਫੇਰ ਉਹਨੂੰ ਸੋਸ਼ਲ ਮੀਡੀਆ ਨੇ ਤੋੜ ਦਿੱਤਾ ਜੀ ਸਾਹਿਬ ਕਹਿੰਦੇ ਚੰਨੀ ਸਾਹਿਬ ਨੂੰ ਮੈਂ ਪੁੱਛਿਆ ਮੈਂ ਕਿ ਤੁਹਾਡੇ ਕੋਲ ਤੁਹਾਨੂੰ ਸਿਰਫ ਦੋ ਵੋਟਾਂ ਦਾ ਦੋ ਹੀ ਲੋਕਾਂ ਦਾ ਸਮਰਥਨ ਮਿਲਿਆ ਸੀ ਜਾਂ ਦੋ ਹੀ ਵ ਹਲੋ ਠੀਕ ਹੈ ਜੀ ਉਹ ਵੀ ਨਹੀਂ ਸੀਗਾ ਉਹ ਤਾਂ ਪਤਾ ਨਹੀਂ ਹੀ ਸੀਗੇ ਕਿ ਨਹੀਂ ਸੀਗੇ ਮੈਂ ਤਾਂ ਐਮਐਲਏ ਨਹੀਂ ਸੀਗਾ ਮੈਂ ਤਾਂ ਬਹੁਤ ਦੂਰ ਸੀਗਾ ਸੋ ðiis things are immaterial now ਇੱਕ ਫੈਸਲਾ ਹੋ ਗਿਆ ਉਹਦੇ ਬਾਅਦ ਸਾਰਿਆਂ ਨੂੰ ਪਰ ਇੱਕ ਗੱਲ ਹੈ ਜ਼ੁਬਾਨ ਨਾਲ ਪੰਜਾਬ ਦਾ ਨੁਕਸਾਨ ਜਿਹੜਾ ਕੀਤਾ ਉਹ ਉਹਨਾਂ ਦਾ AK47 ਵਾਲੀ ਗੋਲੀਆਂ ਨੇ ਨਹੀਂ ਕੀਤਾ ਜਿਹੜਾ ਇਹਨਾਂ ਨੇ ਦੋ ਚਾਰ ਬੰਦਿਆਂ ਨੇ ਇਹ ਗੱਲਾਂ ਕਹਿ ਗਏ ਪੰਜਾਬ 'ਚ ਅੱਗ ਲੱਗ ਜੂਗੀ ਉਹ ਕਹਿੰਦੇ ਇੱਥੇ ਬਣੀ Hindu ਸਕਦਾ ਹੈ ਜੀ ਕੋਈ ਸਿੱਖ ਬਣ ਸਕਦਾ ਹੈ Hindu ਬਣੀ ਨਹੀਂ ਸਕਦਾ ਐ ਜਿਹੀਆਂ ਗੱਲਾਂ ਪੰਜਾਬ ਦੇ ਦੇਖੋ ਪਹਿਲਾਂ ਪੰਜਾਬ ਨੇ ਮਾੜੇ ਦਿਨ ਦੇਖੇ ਆ ਪੰਥ ਦੀ ਪਿੱਛੇ ਛੁਰਾ ਮਾਰਿਆ ਨੇ ਨਹੀਂ ਜਿਹੜੇ ਪਹਿਲੇ 10 ਸਾਲ ਰਾਜ ਕਰਕੇ ਗਏ ਆ ਅੱਜ ਤਾਈਂ ਤਾਂ ਉਹ ਅਜੇ ਜਿਹੜੇ ਹੈ ਜ਼ਖਮ ਹੈ ਉਹ ਵੀ ਅਜੇ ਹਰੇ ਪਏ ਆ ਇਹ ਆ ਇੱਕ ਹੋਰ ਉਹਨਾਂ ਨੇ ਪੰਜਾਬੀ ਇੱਚ ਪੰਜਾਬੀ ਜਾਣੇ ਵੱਡੇ ਜਿਗਰੇ ਵਾਸਤੇ ਜਾਂਦੇ ਸੀ ਸੋ ਇਹਨਾਂ ਗੱਲਾਂ ਤੇ ਨਹੀਂ ਲੋਕਾਂ ਦੀ ਗੱਲ ਕਰੋ ਲੋਕਾਂ ਦੇ ਮਸਲੇ ਕੀ ਹੈ ਅੱਜ ਕਿਸਾਨ 700 ਕੁਰਬਾਨੀਆਂ ਦੇ ਕੇ ਆਏ ਹੈ ਸਾਡੇ ਜਵਾਨ ਰੋਜ਼ ਉੱਥੋਂ ਕੋਈ ਨਾ ਕੋਈ ਉੱਥੇ ਚੀਨ ਬਾਰਡਰ ਤੋਂ ਹੁਣ ਚਲੋ ਪਹਿਲਾਂ ਆਏ ਹੈ ਤਾਂ ਤੇ ਹੁਣ ਇੱਥੇ ਪਾਕਿਸਤਾਨ ਵਾਲੀ ਬਾਰਡਰ ਤੋਂ ਰੋਜ਼ ਕੋਈ ਨਾ ਕੋਈ ਜੀ ਇਨਕਰਸ਼ ਹੋ ਗਈ ਜੀ ਅੰਦਰ ਆ ਗਏ ਜੀ ਗੁਸਪੈਟ ਹੋ ਗਈ ਤੇ ਪੰਜਾਬ ਦਾ ਉਸ ਚ ਯੋਗਦਾਨ ਬਲੀਦਾਨ ਚ ਜ਼ਰੂਰ ਹੁੰਦਾ ਹੈ ਉਹਨੂੰ ਰੋਕਣ ਦੀ ਗੱਲ ਕਰੀਏ ਖਾਦ ਦੀ ਕੀਮਤਾਂ ਦੀ ਗੱਲ ਕਰੀਏ ਕਿਸਾਨ ਦੀ ਆਮਦਨ ਦੁੱਗਣੀ ਹੋਣ ਦੀ ਗੱਲ ਕਰਦੀ ਸੀਗੀ ਕਿ ਸਰਕਾਰ ਨੇ ਜਦੋਂ ਆ ਉਠਾਇਆ ਅੰਦੋਲਨ ਕਿਹਾ ਸੀ ਅਸੀਂ ਇੱਕ ਕਮੇਟੀ ਬਣਾਵਾਂਗੇ ਮੋਦੀ ਸਾਹਿਬ ਨੇ ਕਿਹਾ ਸੀਗਾ ਵੀ ਐਮਐਸਪੀ ਅੰਸ਼ੂਰ ਕਰਨ ਦੀ ਗੱਲ ਉਹ ਗੱਲਾਂ ਕਿੱਥੇ ਆ ਪੰਜਾਬ ਦੇ ਪੀਣ ਦੇ ਪਾਣੀ ਦੀਆਂ ਗੱਲਾਂ ਕਰੋ ਜਿਹੜੇ ਐਡੀ ਵੱਡੀ ਡੀਆਂ ਮਾਰਦੇ ਅਕਾਲੀ ਦਾ ਲਾੜੇ ਵੀ ਅਸੀਂ ਵਿਕਾਸ ਦੀ ਗੰਗਾ ਬਾਤ ਹੀ ਪਤਾ ਨਹੀਂ ਕਿਹੜੀ ਗੰਗਾ ਬਹਾਈ ਹੈ ਇਹਨਾਂ ਨੇ ਅਕਾਲੀਆਂ ਨੇ ਤੇ ਭਾਜਪੀ ਨੇ ਰਲ ਕੇ ਲੋਕਾਂ ਦੇ ਤੇ ਟੂਟੀਆਂ 'ਚ ਪਾਣੀ ਆਂਦਾ ਨਹੀਂ ਪਾਣੀ ਆਂਦਾ ਤਾਂ ਉਹ ਗੰਦਾ ਪਾਣੀ ਆਂਦਾ ਅਸੀਂ ਉਹਨੂੰ ਪਿਛਲੇ 5 ਸਾਲਾਂ ਤੋਂ ਲੜੀ ਕੋਲੀ ਜਾਂਦੇ ਆ ਲੋਕਾਂ ਨੂੰ ਇਹ ਝੂਠੀ ਗੱਲਾਂ ਦਾ ਆ ਜੈ ਸੁਨੀਲ ਕੀ ਕਹਿੰਦਾ ਜੀ ਉਹ ਅਕਾਲੀ ਕੀ ਕਹਿੰਦੇ ਆ ਜੀ ਮੁੱਖ ਮੰਤਰੀ ਕੀ ਕਹਿੰਦਾ ਉਹ ਕਹਿੰਦਾ ਮੇਰੇ ਮਤਲਬ ਦੀ ਗੱਲ ਕਰੋ